ਬਾਈਕ ਤੇ ਜਾ ਰਹੇ ਦੋ ਜਣਿਆਂ ਤੇ ਪੁਲਿਸ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਕਾਰਨ ਦੋਵੇਂ ਜ਼ਖਮੀ ਹੋ ਜਾਂਦੇ ਨੇ। ਦਰਅਸਲ ਇਹ ਦੋਵੇਂ ਨੌਜਵਾਨ ਪੁਲਿਸ ਦਾ ਨਾਕਾ ਵੇਖ ਕੇ ਭੱਜ ਰਹੇ ਸਨ ਤੇ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਇਹਨਾਂ ਉੱਤੇ ਫਾਇਰਿੰਗ ਕਰ ਦਿੱਤੀ ਗਈ। ਦੱਸਣਾ ਬਣਦਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਹੈ ਜੋ ਇਸ ਫਾਇਰਿੰਗ ਦੇ ਦੌਰਾਨ ਜ਼ਖਮੀ ਹੋ ਗਿਆ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਫਰੀਦਕੋਟ ਦੇ ਪੰਜਗਰਾਈ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿੱਚੋਂ ਇੱਕ ਨਾਬਾਲਗ ਵੀ ਦੱਸਿਆ ਜਾ ਰਿਹਾ। ਨਾਕੇ ਨੂੰ ਦੇਖ ਕੇ ਇਹ ਭੱਜ ਰਹੇ ਸਨ ਜਿਸ ਦੇ ਆਧਾਰ ਤੇ ਪੁਲਿਸ ਨੇ ਪਿੱਛੋਂ ਇਹਨਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੋਵੇਂ ਜ਼ਖਮੀ ਹੋ ਜਾਂਦੇ ਨੇ। ਦੋਹਾਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦਾ ਹੁਣ ਇਲਾਜ ਚੱਲ ਰਿਹਾ। ਇਸ ਮੌਕੇ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਇਸ ਸਾਰੇ ਮਾਮਲੇ ਨੂੰ ਲੈ ਕੇ ਤੁਸੀਂ ਖੁਦ ਹੀ ਸੁਣੋ। ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ ਰਹੀ ਹੈ ਤੇ ਅਸੀਂ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਆ ਤਾਂ ਸਾਡੀ ਪੰਜਗਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਤੇ ਉੱਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ। ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੋਂ ਇਸ਼ਾਰਾ ਕੀਤਾ ਉਹ ਐਕਚੁਲੀ ਰੁਕੇ ਨਹੀਂ ਹੈਗੇ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੇ ਸੀ ਜਦੋਂ ਰੋਕਿਆ ਰੁਕੇ ਨਹੀਂ ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਬੈਰੀਗੇਟ ਟਾਈਪ ਹੁੰਦੇ ਨੇ ਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਾ ਕੇ ਗਾਂ ਘੇਰਾਂ ਵੱਜ ਗਏ ਨਾਲ ਹੀ ਹੈ ਨਾ ਜੀ ਅਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿੱਡ ਕਰ ਗਿਆ ਗਿਰ ਗਏ ਜਿਸ ਕਰਕੇ ਉਹਨਾਂ ਦੇ ਰਗੜਾਂ ਵਗੈਰਾ ਸੱਟਾਂ ਤੇ ਜਦੋਂ ਉਹ ਲੱਗੀਆਂ ਨੇ ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ। ਸਰ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਕਿ ਲੜਕੇ ਦੀ ਬਾਂਹ ਤੇ ਫਾਇਰ ਲੱਗਾ? ਨਹੀਂ ਇੱਦਾਂ ਇਹਨੇ ਜੀ ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨ ਵੀ ਕੀਤਾ ਸਾਡੇ ਚੌਂਕੀ ਇੰਚਾਰਜ ਨੇ ਤੇ ਭਾਈ ਇਹ ਤੁਸੀਂ ਰੁਕੋ ਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ ਤੇ ਫਿਰ ਅਸੀਂ ਕਿਉਂਕਿ ਥੋੜ੍ਹੀ 15 ਅਗਸਤ ਕਰਕੇ ਥੋੜ੍ਹੀ ਚੈਕਿੰਗ ਵੀ ਚੱਲ ਰਹੀ ਹੈ ਥੋੜ੍ਹੀ ਅਲਰਟਨੈਸ ਵੀ ਜ਼ਿਆਦਾ ਹੈਗੀ ਹੈ ਤਾਂ ਉਹਨੇ ਜੇ ਕੇਰਾਂ ਫਾਇਰ ਜਿਹੜਾ ਕੀਤਾ ਹੈਗਾ ਉਹ ਆਜ ਕੀਤਾ ਜਸਟ ਟੂ ਉਹਨੂੰ ਕੀ ਕਹਿੰਦੇ ਆ ਕਿ ਵਾਰਨਿੰਗ ਮਿਲਦੀ ਸੀ ਹੁਣ ਉਹਦੇ ਲੱਗਾ ਕਿ ਨਹੀਂ ਲੱਗਾ ਹੁਣ ਇਲਾਜ ਚੱਲ ਰਿਹਾ ਉਹ ਉਦੋਂ ਪਤਾ ਲੱਗੇਗਾ ਜੀ। ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ 'ਚੋਂ ਮਾਈਨਰ ਹੈ ਉਹ ਸਿਰਫ ਪੁਲਿਸ ਤੋਂ ਡਰਦੇ ਮਾਰੇ ਹੀ ਜਿਹੜਾ ਉਹਨਾਂ ਨੇ ਆਪਦਾ ਬਾਈਕ ਜਿਹੜਾ ਪਿੱਛੇ ਇਹਦਾ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਇਕੱਲਿਆਂ ਨੂੰ ਰੋਕਿਆ ਬਾਕੀਆਂ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ ਤੇ ਜੇ ਉਹਨਾਂ ਨੂੰ ਕੋਈ ਇਦਾਂ ਦੀ ਕਹਾਣੀ ਸੀ ਤਾਂ ਰੁਕ ਕੇ ਪੁਲਿਸ ਨੂੰ ਦੱਸਦੇ ਹਨਾ ਜੀ ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ। ਦੋਨੋਂ ਬੱਚਿਆਂ ਦੀ ਕੰਡੀਸ਼ਨ ਕਿੱਦਾਂ ਜੀ? ਦੇ ਆਰ ਫਾਈਨ ਠੀਕ ਨੇ ਜੀ ਉਹ ਜੇ ਇਲਾਜ ਨੇ ਠੀਕ ਨੇ। ਬਾਈਕ ਤੇ ਜਾ ਰਹੇ ਦੋ ਜਣਿਆਂ ਤੇ ਪੁਲਿਸ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਕਾਰਨ ਦੋਵੇਂ ਜ਼ਖਮੀ ਹੋ ਜਾਂਦੇ ਨੇ। ਦਰਅਸਲ ਇਹ ਦੋਵੇਂ ਨੌਜਵਾਨ ਪੁਲਿਸ ਦਾ ਨਾਕਾ ਵੇਖ ਕੇ ਭੱਜ ਰਹੇ ਸਨ ਤੇ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਇਹਨਾਂ ਉੱਤੇ ਫਾਇਰਿੰਗ ਕਰ ਦਿੱਤੀ ਗਈ। ਦੱਸਣਾ ਬਣਦਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਹੈ ਜੋ ਇਸ ਫਾਇਰਿੰਗ ਦੇ ਦੌਰਾਨ ਜ਼ਖਮੀ ਹੋ ਗਿਆ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ। ਇਹ ਘਟਨਾ ਫਰੀਦਕੋਟ ਦੇ ਪੰਜਗਰਾਈ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿੱਚੋਂ ਇੱਕ ਨਾਬਾਲਗ ਵੀ ਦੱਸਿਆ ਜਾ ਰਿਹਾ। ਨਾਕੇ ਨੂੰ ਦੇਖ ਕੇ ਇਹ ਭੱਜ ਰਹੇ ਸਨ ਜਿਸ ਦੇ ਆਧਾਰ ਤੇ ਪੁਲਿਸ ਨੇ ਪਿੱਛੋਂ ਇਹਨਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੋਵੇਂ ਜ਼ਖਮੀ ਹੋ ਜਾਂਦੇ ਨੇ। ਦੋਹਾਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦਾ ਹੁਣ ਇਲਾਜ ਚੱਲ ਰਿਹਾ। ਇਸ ਮੌਕੇ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਇਸ ਸਾਰੇ ਮਾਮਲੇ ਨੂੰ ਲੈ ਕੇ ਤੁਸੀਂ ਖੁਦ ਹੀ ਸੁਣੋ।
ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ ਰਹੀ ਹੈ ਅਤੇ ਅਸੀਂ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਆ, ਤਾਂ ਸਾਡੀ 5 ਗ੍ਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੇ 2 ਮੁੰਡੇ ਮੋਟਰਸਾਈਕਲ 'ਤੇ ਆਏ ਨੇ। ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੋਂ ਇਸ਼ਾਰਾ ਕੀਤਾ ਉਹ ਐਕਚੁਲੀ ਰੁਕੇ ਨਹੀਂ ਹੈਗੇ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ, ਕਿਉਂਕਿ ਨਾਕਾ ਚੈਕਿੰਗ ਕਰ ਰਹੇ ਸੀ, ਜਦੋਂ ਰੋਕਿਆ ਰੁਕੇ ਨਹੀਂ, ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਬੈਰੀਗੇਡ ਟਾਈਪ ਹੁੰਦੇ ਨੇ, ਅਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਜਾ ਕੇ ਗਾਂ ਕਿਰਾਂ ਵੱਜ ਗਏ ਨਾਲ ਹੀ, ਹੈ ਨਾ ਜੀ, ਅਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿੱਡ ਕਰ ਗਿਆ, ਗਿਰ ਗਏ, ਜਿਸ ਕਰਕੇ ਉਹਨਾਂ ਦੇ ਰਗੜਾਂ ਵਗੈਰਾ ਸੱਟਾਂ ਅਤੇ ਜਦੋਂ ਉਹ ਲੱਗੀਆਂ ਨੇ, ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ, ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ। ਸਰ, ਪੁਲਿਸ ਵੱਲੋਂ ਫਾਇਰ ਕੀਤਾ ਗਿਆ, ਇੱਕ ਲੜਕੇ ਦੀ ਬਾਂਹ 'ਤੇ ਫਾਇਰ ਲੱਗਾ? ਨਹੀਂ, ਇੱਦਾਂ ਨੇ ਜੀ, ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ, ਜਦੋਂ ਇਹਨਾਂ ਨੇ ਵਾਰਨ ਵੀ ਕੀਤਾ ਸਾਡੇ ਚੌਂਕੀ ਇੰਚਾਰਜ ਨੇ, ਅਤੇ ਭਾਈ ਤੁਸੀਂ ਰੁਕੋ, ਅਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ 'ਤੇ, ਅਤੇ ਫਿਰ ਅਸੀਂ ਕਿਉਂਕਿ ਥੋੜ੍ਹੀ 15 ਅਗਸਤ ਕਰਕੇ ਥੋੜ੍ਹੀ ਚੈਕਿੰਗ ਵੀ ਚੱਲ ਰਹੀ ਹੈ, ਥੋੜ੍ਹੀ ਅਲਰਟਨੈਸ ਵੀ ਜ਼ਿਆਦਾ ਹੈਗੀ ਆ, ਤਾਂ ਉਹਨੇ ਜੇ 13 ਫਾਇਰ ਜਿਹੜਾ ਕੀਤਾ ਹੈਗਾ ਵਾਚ ਕੀਤਾ, ਜਸਟ ਟੂ ਉਹਨੂੰ ਕੀ ਕਹਿੰਦੇ ਆ ਕਿ ਵਾਰਨਿੰਗ ਮਿਲਦੀ ਸੀ, ਹੁਣ ਉਹਦੇ ਲੱਗਾ ਕਿ ਨਹੀਂ ਲੱਗਾ, ਹੁਣ ਇਲਾਜ ਚੱਲ ਰਿਹਾ, ਉਹ ਉਦੋਂ ਪਤਾ ਲੱਗੇਗਾ ਜੀ। ਸਰ, ਇਹ ਵੀ ਦੱਸਿਆ ਜਾ ਰਿਹਾ ਕਿ ਤੋ ਇੱਕ ਬੱਚਾ ਉਹਨਾਂ 'ਚੋਂ ਮਾਈਨਰ ਹੈ, ਉਹ ਸਿਰਫ ਪੁਲਿਸ ਤੋਂ ਡਰਦੇ ਮਰੇ ਹੀ ਜਿਹੜਾ ਉਹਨਾਂ ਨੇ ਆਪਦਾ ਬਾਈਕ ਜਿਹੜਾ ਪਿੱਛੇ ਮੋੜਿਆ ਸੀ। ਇਹਦਾ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਹ ਤਾਂ ਨਹੀਂ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਇਕੱਲਿਆਂ ਨੂੰ ਰੋਕਿਆ, ਬਾਕੀਆਂ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ, ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ, ਅਤੇ ਜੇ ਉਹਨਾਂ ਨੂੰ ਕੋਈ ਇੱਦਾਂ ਦੀ ਕਹਾਣੀ ਸੀ ਤਾਂ ਰੁਕ ਕੇ ਪੁਲਿਸ ਨੂੰ ਦੱਸਦੇ, ਹੈ ਨਾ ਜੀ, ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ, ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ। ਦੋਨੋਂ ਬੱਚਿਆਂ ਦੀ ਕੰਡੀਸ਼ਨ ਕਿੱਦਾਂ ਜੀ? ਦੇ ਆਰ ਫਾਈਨ, ਠੀਕ ਨੇ ਜੀ, ਉੱਥੇ ਜਿਹੜੇ ਇਲਾਜ ਨੇ ਠੀਕ ਨੇ।